ਦੇਸ਼ਾਂ ਵਿਦੇਸ਼ਾਂ ਵਿੱਚ ਸਿੱਖ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਤੁਸੀਂ ਸਭ ਜਾਣੂ ਹੋ, ਸਭ ਸਿੱਖ ਸੰਗਤਾਂ ਜਾਣੂ ਨੇ ਕਿ ਸਿੱਖ ਚੈਨਲ ਉਪਰਾਲਾ ਕਰ ਰਿਹਾ ਹੈ ਕਿ ਉਹ ਉਹਨਾਂ ਮਹਾਨ ਸ਼ਹੀਦਾਂ ਦੇ ਘਰ ਦੇ ਵਿੱਚ ਜਾ ਕੇ ਉਹਨਾਂ ਪਰਿਵਾਰਾਂ ਨਾਲ ਮੁਲਾਕਾਤਾਂ, ਜਾਂ ਜਿਹੜੇ ਮਹਾਨ ਸ਼ਹੀਦ ਜਿਹੜੇ ਸਾਡੇ ਯੋਧੇ ਫਾਂਸੀਆਂ ਦੇ ਰੱਸਿਆਂ ਦੇ ਉੱਪਰ ਚੜ੍ਹੇ। ਇਸੇ ਸਿਲਸਿਲੇ ਦੇ ਵਿੱਚ ਅੱਜ ਅਸੀਂ ਮਹਾਨ ਯੋਧੇ ਭਾਈ ਸੁਖਦੇਵ ਸਿੰਘ ਜੀ ਸੁੱਖਾ, ਜਿਨ੍ਹਾਂ ਨੇ ਜਨਰਲ ਵੈਦਿਆਂ ਨੂੰ ਪੂਨੇ ਜਾ ਕੇ ਗੱਡੀ ਚੜ੍ਹਾਇਆ ਸੀ, ਅੱਜ ਸਾਨੂੰ ਪਤਾ ਲੱਗਾ ਸੀ ਕਿ ਉਹਨਾਂ ਦੇ ਫਾਦਰ ਸਾਹਿਬ ਸਰਦਾਰ ਮਹਿੰਗਾ ਸਿੰਘ ਜੀ ਅਤੇ ਉਹਨਾਂ ਦੇ ਭਤੀਜਾ, ਉਹਨਾਂ ਦੇ ਵੱਡੇ ਭਾਈ ਸਾਹਿਬ ਜੀ ਦੇ ਬੇਟੇ ਵੀਰ ਜੀ ਰਮਨਦੀਪ ਸਿੰਘ ਜੀ ਇੱਥੇ ਆਏ ਹੋਏ ਅੰਮ੍ਰਿਤਸਰ। ਸਾਧ ਸੰਗਤ ਜੀ, ਅਸੀਂ ਅੱਜ ਬਾਪੂ ਜੀ ਦੇ ਕੋਲੋਂ ਜਾਣਾਂਗੇ ਭਾਈ ਸੁਖਦੇਵ ਸਿੰਘ ਸੁੱਖਾ ਜੀ ਦੇ ਜੀਵਨ ਦੇ ਬਾਰੇ 'ਚ, ਉਹਨਾਂ ਦੇ ਬਚਪਨ ਦੀਆਂ ਯਾਦਾਂ, ਫਿਰ ਉਹ ਸੰਘਰਸ਼ ਵਿੱਚ ਕਿਵੇਂ ਆਏ। ਉਸ ਤੋਂ ਪਹਿਲਾਂ ਮੈਂ ਥੋੜ੍ਹੀ ਜਿਹੀ ਜਾਣਕਾਰੀ ਦੇ ਦੇਵਾਂ ਕਿ ਉਹ ਮਹਾਨ ਬਾਪੂ ਜੀ ਨੇ ਜਿਨ੍ਹਾਂ ਨੇ ਆਪਣੇ ਬੇਟੇ ਨੂੰ ਫਾਂਸੀ ਦੇ ਰੱਸੇ ਵੱਲ ਜਾਂਦਿਆਂ ਤੋਰ ਕੇ, ਅਤੇ ਬਾਅਦ ਵਿੱਚ ਜਦੋਂ ਸੰਸਕਾਰ ਤੋਂ ਬਾਅਦ ਬਾਪੂ ਜੀ ਨੇ ਜਿਹੜੀ ਮਠਿਆਈ ਵੰਡੀ ਸੀ, ਇਹ ਆਪਾਂ ਉਹਨਾਂ ਦੇ ਕੋਲੋਂ ਬਾਅਦ 'ਚ ਪੁੱਛਾਂਗੇ। ਇਸ ਤੋਂ ਇਲਾਵਾ ਮੈਂ ਦੱਸਾਂ ਕਿ ਬਾਪੂ ਜੀ ਦੀ ਹਾਲਤ ਇਸ ਤਰ੍ਹਾਂ ਹੈ ਕਿ ਬਾਪੂ ਜੀ ਦਾ ਸ਼ੂਗਰ ਦੀ ਵਜ੍ਹਾ ਦੇ ਨਾਲ ਬਾਪੂ ਜੀ ਦੀ ਸੱਜੀ ਲੱਤ ਕੱਟਣੀ ਪਈ ਸੀ। ਉਹਨਾਂ ਦਾ ਇਲਾਜ ਅਮਨਦੀਪ ਹੋਸਪਿਟਲ ਅੰਮ੍ਰਿਤਸਰ ਤੋਂ ਹੋਇਆ ਸੀ। ਹੁਣ ਅੱਜ ਕੱਲ੍ਹ ਬਾਪੂ ਜੀ ਆਪਣੀ ਲੱਤ ਲਗਵਾਉਣ ਲਈ ਆਏ ਹੋਏ, ਅਤੇ ਸਿੱਖ ਚੈਨਲ ਸਾਨੂੰ ਪਤਾ ਲੱਗਾ ਸੀ ਕਿ ਬਾਪੂ ਜੀ ਇਸ ਟਾਈਮ 'ਤੇ ਅੰਮ੍ਰਿਤਸਰ ਵਿੱਚ ਨੇ, ਇਸ ਲਈ ਅਸੀਂ ਇਸ ਚੀਜ਼ ਦਾ ਲਾਹਾ ਲੈਣ ਵਾਸਤੇ ਕਿ ਬਾਪੂ ਜੀ ਦੇ ਕੋਲੋਂ ਯਾਦਾਂ ਦਾ ਜੋ ਵੀ ਚੰਗੇਰ ਵਿੱਚੋਂ ਅਸੀਂ ਭਾਈ ਸੁਖਦੇਵ ਸਿੰਘ ਜੀ ਦੇ ਬਾਰੇ 'ਚ ਜਾਣੀਏ। ਹਾਂਜੀ ਬਾਪੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਪੂ ਜੀ, ਤੁਸੀਂ ਸਾਨੂੰ ਦੱਸੋ ਭਾਈ ਸੁਖਦੇਵ ਸਿੰਘ ਜੀ ਦਾ ਜਨਮ ਕਿੱਥੇ ਹੋਇਆ ਸੀ, ਕਿਹੜੀ ਸੰਨ 'ਚ ਹੋਇਆ ਸੀ, ਉਹਨਾਂ ਦੇ ਬਚਪਨ ਦੇ ਬਾਰੇ 'ਚ ਦੱਸੋ। ਸੁਖਦੇਵ ਸਿੰਘ ਦਾ ਜਨਮ 1962 ਵਿੱਚ ਚੱਕ 11 FF। ਹਾਂਜੀ ਹਾਂਜੀ, ਰਾਜਸਥਾਨ ਦੇ ਵਿੱਚ ਪੈਂਦਾ ਨਾ? ਹਾਂ, ਰਾਜਸਥਾਨ 'ਚ 11 FF ਪਿੰਡ। ਹਾਂਜੀ, ਉੱਥੇ ਉਹਨਾਂ ਦਾ 14 ਭਾਦਰ ਨੂੰ ਜਨਮ ਦਿਨ। ਹਾਂਜੀ ਬਾਪੂ ਜੀ, ਉਹਨਾਂ ਦੀ ਬਚਪਨ ਦੀ ਪੜ੍ਹਾਈ ਪਹਿਲਾਂ ਸਕੂਲ ਉਹਨਾਂ ਨੇ ਕਿੱਥੋਂ ਸਟਾਰਟ ਕੀਤਾ, ਅਤੇ ਉਸ ਤੋਂ ਬਾਅਦ ਵਿੱਚ ਉਹ ਕਾਲਜ ਦੀ ਪੜ੍ਹਾਈ ਕਿੱਥੋਂ ਕੀਤੀ, ਇਹਦੇ ਬਾਰੇ 'ਚ ਜਾਣਕਾਰੀ ਦਿਓ ਸੰਗਤਾਂ ਨੂੰ। ਪਹਿਲਾਂ ਪਿੰਡ 11 FF 'ਚ ਛੋਟੇ ਸਕੂਲ 'ਚ ਪੜ੍ਹੇ, ਉਸ ਤੋਂ ਬਾਅਦ ਮਾਨਕਸਰ, ਅਤੇ ਉਸ ਤੋਂ ਬਾਅਦ ਸ਼੍ਰੀ ਕਰਨਪੁਰ BEd ਫਾਈਨਲ ਕੀਤੀ। ਅੱਛਾ ਜੀ। ਹਾਂਜੀ, ਉਹ ਆਪਣੇ ਗਿਆਨ ਜੋਤੀ ਸਕੂਲ ਵਿੱਚ। ਹਾਂਜੀ ਬਾਪੂ ਜੀ, ਆਪਣੇ ਭਾਈ ਸੁਖਦੇਵ ਸਿੰਘ ਜੀ ਦੇ ਮਾਤਾ ਜੀ ਬਾਰੇ ਵੀ ਥੋੜ੍ਹਾ ਦੱਸੋ, ਉਹਨਾਂ ਦਾ ਨਾਮ ਕੀ ਹੈ, ਅਤੇ ਤੁਹਾਡੇ ਹੋਰ ਕਿੰਨੇ ਬੱਚੇ, ਕਿੰਨੇ ਬੇਟੇ ਸੀਗੇ ਭਾਈ ਸੁਖਦੇਵ ਸਿੰਘ ਸੁੱਖਾ ਜੀ ਤੋਂ ਇਲਾਵਾ, ਹੋਰ ਆਪਣੇ ਪਰਿਵਾਰ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਦਿਓ। ਸੁਖਦੇਵ ਸਿੰਘ ਦੇ ਮਾਤਾ ਦਾ ਨਾਮ ਹੈ ਸਰਜੀਤ ਕੌਰ, ਅਤੇ ਛੋਟਾ ਵੱਡਾ ਭਾਈ ਸੀ ਕਰਮ ਸਿੰਘ, ਉਸ ਤੋਂ ਛੋਟੀ ਹੈ ਕੁਲਵੰਤ ਕੌਰ, ਉਸ ਤੋਂ ਛੋਟੀ ਜਸਪਾਲ ਕੌਰ, ਜਸਪਾਲ ਕੌਰ ਤੋਂ ਬਾਅਦ ਸੁਖਦੇਵ ਸਿੰਘ, ਸੁਖਦੇਵ ਤੋਂ ਬਾਅਦ ਸੁਰਿੰਦਰ ਕੌਰ। 3 ਲੜਕੀਆਂ ਅਤੇ 2 ਬੇਟੇ ਸਨ। ਬਾਪੂ ਜੀ, ਭਾਈ ਸੁਖਦੇਵ ਸਿੰਘ ਜੀ ਪੜ੍ਹਾਈ ਦੇ ਵਿੱਚ ਕਿਵੇਂ ਸੀਗੇ ਸ਼ੁਰੂ ਤੋਂ? ਪੜ੍ਹਾਈ ਤੋਂ ਇਲਾਵਾ ਉਹਨਾਂ ਦੀ ਹੋਰ ਕਿਹੜੀਆਂ ਕਿਹੜੀਆਂ ਖੇਡਾਂ 'ਚ ਰੁਚੀ ਸੀਗੀ? ਸਾਰੀਆਂ ਖੇਡਾਂ ਕਰਦੇ ਸਨ, ਬਹੁਤ ਹੁਸ਼ਿਆਰ ਰਹੇ, ਪੜ੍ਹਾਈ 'ਚ ਬਹੁਤ ਚੰਗੇ ਰਹੇ। ਬਾਕੀ ਕਬੱਡੀ ਵੀ ਖੇਡਦੇ ਸੀ, ਉਹ ਬਾਕੀ ਉਹ ਤੁਹਾਡੇ ਫੁੱਟਬਾਲ ਅਤੇ ਸਾਰੇ ਖੇਡਾਂ ਖੁੱਡਾਂ ਤਾਂ ਸਾਰੀਆਂ ਹੀ ਕਰਦੇ ਸਨ। ਬਾਪੂ ਜੀ, ਉਹਨਾਂ ਦੇ ਬਾਰੇ ਪੜ੍ਹਿਆ ਕਿ ਉਹ ਯੋਗਾ ਦੇ ਬਹੁਤ ਵਧੀਆ, ਜਿਹੜੇ ਯੋਗਾ ਦੇ ਵਿੱਚ ਮਾਹਿਰ ਸਨ। ਅਸੀਂ ਅਕਸਰ ਹੀ ਮੈਗਜ਼ੀਨਾਂ ਦੇ ਵਿੱਚੋਂ ਪੜ੍ਹਿਆ, ਉਹਨਾਂ ਦੇ ਸਾਥੀ ਭਾਈ ਨਿਰਮਲ ਸਿੰਘ ਦੀ ਇੱਕ ਮੁਲਾਕਾਤ ਦੇ ਵਿੱਚ ਉਹਨਾਂ ਦੇ ਅਸੀਂ ਪੜ੍ਹਿਆ ਸੀਗਾ ਵੀ ਉਹ ਇੰਨੇ ਵਧੀਆ, ਉਹਨਾਂ ਦਾ ਲਚਕੀਲਾ, ਮਤਲਬ ਉਹਨਾਂ ਨੇ ਆਪਣੇ ਸਰੀਰ ਨੂੰ ਬਣਾਇਆ ਹੋਇਆ ਸੀ,
ਇਹ ਖਾਸ ਟ੍ਰੇਨਿੰਗ ਦਾ ਤੁਹਾਨੂੰ ਪਤਾ ਉਹਨਾਂ ਨੇ ਕਿੱਥੋਂ ਟ੍ਰੇਨਿੰਗ ਲਈ ਸੀ ਯੋਗਾ ਦੀ? ਨਹੀਂ ਜੀ, ਸਾਨੂੰ ਨਹੀਂ ਪਤਾ। ਅੱਛਾ ਬਾਪੂ ਜੀ, ਭਾਈ ਸੁਖਦੇਵ ਸਿੰਘ ਜੀ ਸੰਘਰਸ਼ ਦੇ ਵਿੱਚ ਕਦੋਂ ਆਏ ਸੀਗੇ? 1984 ਵਿੱਚ, ਜਦੋਂ ਹਰਿਮੰਦਰ ਸਾਹਿਬ ਤੇ ਅਟੈਕ ਹੋਇਆ। ਹਾਂਜੀ, ਉਹਨਾਂ। ਅੱਛਾ ਜੀ, ਤੁਹਾਨੂੰ ਇਹਦੇ ਬਾਰੇ ਥੋੜੀ ਬਹੁਤੀ ਜਾਣਕਾਰੀ ਸੀ ਕਿ ਸਾਡਾ ਪੁੱਤ ਹੁਣ ਕਿੰਨਾ ਰਾਹਾਂ ਤੇ ਚੱਲ ਪਿਆ ਹੈ? ਸਾਨੂੰ ਕੋਈ ਜਾਣਕਾਰੀ ਨਹੀਂ ਸੀ ਸਾਡੇ ਕੋਲੋਂ, ਤੇ ਆ ਗਿਆ ਕਹਿੰਦਾ ਕਿ ਅੰਮ੍ਰਿਤਸਰ ਜਾ ਕੇ ਸੰਤਾਂ ਨੂੰ ਮਿਲ ਕੇ ਆਉਣਾ, ਤੇ ਇੰਨਾ ਕੁ ਪਤਾ ਵੀ ਮਿਲ ਕੇ ਗਿਆ। ਤੇ ਬਾਕੀ ਹੋਰ ਤਾਂ ਫਿਰ ਜਦੋਂ ਘਰੋਂ ਚਲੇ ਗਏ ਤੇ ਸਾਨੂੰ ਕੀ ਪਤਾ ਕਿੱਥੇ ਕੀ ਕਰਦੇ ਰਹੇ, ਕਿੱਧਰ ਗਏ ਕੀ ਨਹੀਂ। ਉਸ ਤੋਂ ਬਾਅਦ ਜਦੋਂ ਉਹ ਘਰ ਛੱਡ ਕੇ ਆ ਗਏ, ਤੁਸੀਂ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਕਿ ਮੇਰਾ ਪੁੱਤ ਕਿੱਥੇ ਗਿਆ ਹੈ, ਮੈਂ ਲੱਭਣ ਦੀ ਕੋਸ਼ਿਸ਼ ਕਰਾਂ ਜਾਂ ਉਹਨੂੰ ਘਰ ਵਾਪਸ ਲੈ ਕੇ ਆਵਾਂ? ਹਾਂ, ਲੱਭਣ ਦੀ ਕੋਸ਼ਿਸ਼ ਤਾਂ ਕੀਤੀ, ਪੁੱਛਿਆ ਗਿੱਛਿਆ, ਸਾਨੂੰ ਕੁਛ ਪਤਾ ਨਹੀਂ ਲੱਗਿਆ ਵੀ ਕਿੱਥੇ ਗਏ ਆ। ਹਾਂਜੀ, ਫਿਰ ਤੁਹਾਨੂੰ ਇਹ ਕਿਵੇਂ ਪਤਾ ਲੱਗਾ ਕਿ ਮੇਰਾ ਪੁੱਤ ਕਿਹੜੀਆਂ ਰਾਹਾਂ ਤੇ ਚੱਲ ਪਿਆ ਹੈ, ਸਿੱਖ ਸੰਘਰਸ਼ ਦੇ ਵਿੱਚ ਆਪਣਾ ਸੀਸ ਲਾਉਣ ਵਾਸਤੇ ਤੁਰ ਪਿਆ? ਇਹ ਤੁਹਾਨੂੰ ਕਦੋਂ ਪਤਾ ਲੱਗਾ ਸੀ ਕਿ ਮੇਰਾ ਪੁੱਤ ਹੁਣ ਉਹਨਾਂ ਰਾਹਾਂ ਤੇ ਚੱਲ ਪਿਆ? ਇਹ ਜਦੋਂ ਚਲੇ ਹੀ ਗਏ ਘਰੋਂ ਤੇ ਫਿਰ ਕੀ ਪਤਾ ਲੱਗਣਾ ਸੀ ਵੀ ਕੀ ਹੋਇਆ ਕੀ ਨਹੀਂ, ਕਿੱਧਰ ਗਏ। ਅੱਛਾ, ਜਦੋਂ ਜਨਰਲ ਵੈਦਿਆ ਨੂੰ ਉਹਨਾਂ ਨੇ ਗੱਡੀ ਚਾੜਿਆ ਸੀ ਪੁਣੇ ਜਾ ਕੇ, ਕਿੰਨੀ ਦੇਰ ਬਾਅਦ ਤੁਹਾਨੂੰ ਘਰ 'ਚ ਪਤਾ ਲੱਗਾ ਸੀ ਕਿ ਸਾਡੇ ਪੁੱਤ ਦੀ ਕਰਾਮਾਤ ਹੈ ਕਿ ਉਹਨੇ ਜਾ ਕੇ ਉਸ ਦੁਸ਼ਟ ਨੂੰ ਸੋਧਿਆ ਹੈ ਜਿਹੜੇ ਦੁਸ਼ਟ ਨੇ ਸਾਡੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਅਟੈਕ ਕੀਤਾ, ਹਰਿਮੰਦਰ ਸਾਹਿਬ ਦੀ ਬੇਹੁਰਮਤੀ ਕੀਤੀ? ਜਦੋਂ ਤੁਹਾਨੂੰ ਇਹ ਪਤਾ ਲੱਗਾ ਸੀ ਤੇ ਉਦੋਂ ਤੁਸੀਂ ਕਿੰਨੀ ਦੇਰ ਬਾਅਦ ਭਾਈ ਸੁਖਦੇਵ ਸਿੰਘ ਨੂੰ ਮਿਲਣ ਲਈ ਉੱਥੇ ਪੁਣੇ ਗਏ ਸੀ? ਨਹੀਂ, ਉਹ ਤਾਂ ਨਹੀਂ, ਜਦੋਂ ਇਹ ਸਮਝ ਲਓ ਵੀ ਬਾਅਦ ਦੇ ਵਿੱਚ ਖਬਰਾਂ 'ਚ ਹੁਣ ਕੀ ਪਤਾ ਵੀ ਕਿਨ ਮਾਰਿਆ ਕੀ ਨਹੀਂ ਪਤਾ। ਬਾਕੀ ਜਦੋਂ ਉਹਨਾਂ ਨੂੰ ਫੜਿਆ ਗਿਆ ਤੇ ਉਹਨੂੰ ਉਹ ਸਿਪਾਹੀ ਆਇਆ ਸੀ, ਉਹਨੂੰ ਦੱਸਿਆ ਵੀ ਤੁਹਾਡੇ ਬੇਟੇ ਨੂੰ ਫੜਿਆ ਉੱਥੇ। ਹਾਂਜੀ, ਤੇ ਫਿਰ ਬਾਅਦ 'ਚ ਹੀ ਪਤਾ ਲੱਗਾ ਵੀ ਕੇਸ ਚੱਲਿਆ, ਜਦੋਂ ਵੀ ਉਹਦੀ ਚਿੱਠੀ ਆਈ ਸੀ ਵੀ ਆ ਕੇ ਮਿਲੋ, ਤੇ ਬਾਕੀ ਤਾਂ ਹੋਰ ਤਾਂ ਸਾਨੂੰ ਕੋਈ ਜਾਣਕਾਰੀ ਨਹੀਂ ਵੀ ਕਿੱਥੋਂ ਗਏ, ਕਿੱਧਰ ਆਏ, ਕੀ ਕਰਦੇ ਆ। ਜਦੋਂ ਤੁਸੀਂ ਉਹਨਾਂ ਨੂੰ ਜਾ ਕੇ ਪਹਿਲੀ ਵਾਰੀ ਮਿਲੇ ਸੀ, ਫਿਰ ਤੁਸੀਂ ਉਹਨਾਂ ਨੂੰ ਜਾ ਕੇ ਕੁਛ ਪੁੱਛਿਆ ਸੀ ਜਾਂ ਉਹਨਾਂ ਨੇ ਤੁਹਾਨੂੰ ਦੱਸਿਆ ਸੀ ਕਿ ਬਾਪੂ ਜੀ ਇਹ ਮੈਂ ਕਿਉਂ ਕੀਤਾ ਜਾਂ ਇਹਨਾਂ ਰਾਹਾਂ ਤੇ ਕਿਉਂ ਚੱਲਿਆ? ਨਹੀਂ ਜੀ, ਉਹ ਤਾਂ ਜਬਰ ਕਿੱਡੀ ਦੂਰ ਜਾ ਕੇ ਦੂਰ ਦੂਰੋਂ ਦੂਰੋਂ ਮੁਲਾਕਾਤਾਂ ਹੋਈਆਂ ਤੇ ਕੋਈ ਗੱਲਬਾਤ ਨਹੀਂ, ਰਾਜੀ ਖੁਸ਼ੀ ਪੁੱਛਿਆ। ਹੋਰ ਤਾਂ ਕਹਿੰਦੇ ਵੀ ਠੀਕ ਹੈ, ਘਰ ਦੇ ਪਰਿਵਾਰ ਕਿਵੇਂ ਆ ਸਭ, ਇਹੋ ਜਿਹੀ ਗੱਲਬਾਤ ਹੋਈ। ਹੋਰ ਤਾਂ ਹੁਣ ਕੀ ਤੇ ਕਿਹੜੇ ਕੋਲ ਗਏ ਸੀ, ਦੂਰ ਦੂਰ ਹੀ ਮੁਲਾਕਾਤ ਹੋਈ। ਹਾਂਜੀ ਬਾਪੂ ਜੀ, ਅਸੀਂ ਅਕਸਰ ਹੀ ਪੜ੍ਹਿਆ ਮੈਗਜ਼ੀਨਾਂ ਦੇ ਵਿੱਚ ਜਾਂ ਅਸੀਂ ਅਕਸਰ ਅਖਬਾਰਾਂ 'ਚ ਪੜ੍ਹਿਆ ਸੀ ਕਿ ਜਿਵੇਂ ਤੁਹਾਡੇ ਦੋ ਹੀ ਬੇਟੇ, ਇੱਕ ਇਹ ਤੇ ਭਾਈ ਸੁਖਦੇਵ ਸਿੰਘ ਜੀ ਦੇ ਛੋਟੇ ਸੀ ਤੇ ਭਾਈ ਕਰਮ ਸਿੰਘ, ਉਹਨਾਂ ਦੀ ਪਹਿਲਾਂ ਹੀ ਡੈਥ ਹੋ ਚੁੱਕੀ ਸੀ। ਉਹਨਾਂ ਦੀ ਡੈਥ ਕਿੰਨੀ ਦੇਰ ਪਹਿਲਾਂ ਹੋ ਚੁੱਕੀ ਸੀ? ਉਹਨਾਂ ਦੀ ਸੰਨ 82 'ਚ ਡੈਥ ਹੋ ਗਈ ਸੀ। ਹਾਂਜੀ, ਦੇਖੋ ਤੁਹਾਡੇ ਦੋ ਬੇਟੇ ਸੀ ਹਨਾ, ਇੱਕ ਦੀ ਪਹਿਲਾਂ ਹੀ ਡੈਥ ਹੋ ਚੁੱਕੀ ਸੀ। ਉਹਨਾਂ ਦੇ ਬੇਟੇ ਦੋ ਬੱਚੇ ਸੀਗੇ, ਵੱਡੇ ਵੱਡੇ ਬੱਚੇ, ਵੱਡੇ ਬੇਟੇ ਦੇ ਦੋ ਬੱਚੇ ਛੋਟੇ ਛੋਟੇ, ਤੇ ਦੂਸਰਾ ਬੇਟਾ ਵੀ ਉਹਨਾਂ ਰਾਹਾਂ ਤੇ ਚਲਾ ਗਿਆ ਜਿੱਥੋਂ ਕਦੀ ਵਾਪਸ ਆਉਣ ਦੀ ਉਮੀਦ ਨਹੀਂ ਸੀ। ਤੇ ਫਿਰ ਜਦੋਂ ਤੁਸੀਂ ਮੁਲਾਕਾਤਾਂ ਲਈ ਜਾਂਦੇ ਸੀ, ਕਿਉਂਕਿ ਹੁਣ ਤੇ ਟਾਈਮ ਤੇ ਉਸ ਟਾਈਮ ਦਾ ਫਿਰ ਵੀ ਕਾਫੀ ਫਰਕ ਆ, ਉਸ ਟਾਈਮ ਜਦੋਂ ਤੁਸੀਂ ਮੁਲਾਕਾਤ ਲਈ ਜਾਂਦੇ ਸੀ, ਤੁਹਾਡੇ ਕਦੀ ਕੋਈ ਨਾਲ ਸਾਥੀ ਜਾਂ ਤੁਹਾਡੇ ਉੱਥੋਂ ਕਿਸੇ ਨੇ ਸਾਥ ਦਿੱਤਾ ਸੀ ਪਿੰਡ ਤੋਂ ਜਾਂ ਜਿੱਥੇ ਤੁਸੀਂ ਗਏ ਕਿ ਆਪਣੇ ਤੌਰ ਤੇ ਤੁਸੀਂ ਖਰਚਾ ਲੈ ਕੇ ਜਾਂ ਕੁਛ ਵੀ ਜਾਂਦੇ ਰਹੇ ਹੋ? ਅਸੀਂ ਆਪਣੇ ਕੋਲੋਂ ਹੀ ਜਾ ਖਰਚਾ ਲਾ ਕੇ ਜਾਂਦੇ ਹਾਂ, ਪਰ ਕਦੇ ਥੋੜ੍ਹਾ ਚਿਰ, ਕਦੇ 2 ਮਹੀਨੇ, ਕਦੇ 6 ਮਹੀਨਿਆਂ ਬਾਅਦ, ਕਦੇ ਸਾਲ ਬਾਅਦ। ਹਾਂਜੀ, ਤੇ ਹੋਰ ਤਾਂ ਨਾਲ ਕੋਈ ਨਹੀਂ ਸੀ, ਆਪਣਾ ਪਰਿਵਾਰ ਹੀ ਜਾਂਦਾ ਸੀ, ਹੋਰ ਕਿਨ ਜਾਣਾ। ਹਾਂਜੀ, ਤੇ ਬਾਪੂ ਜੀ ਜਦੋਂ ਤੁਸੀਂ ਜਾ ਕੇ ਪਹਿਲੀ ਵਾਰੀ ਆਪਣੇ ਪੁੱਤ ਨੂੰ ਸਿੱਖਾਂ ਦੇ ਪਿੱਛੇ ਦੇਖਿਆ ਸੀ, ਉਦੋਂ ਤੁਹਾਨੂੰ ਉਸ ਸੁੱਖੇ 'ਚ ਤੇ ਜਿਹੜਾ ਸੁੱਖਾ ਤੁਹਾਡੇ ਕੋਲ ਘਰ ਪੱਲਿਆ ਸੀ ਸੁੱਖ, ਉਹਦੇ ਵਿੱਚ ਕਦੀ ਫਰਕ ਲੱਗਾ ਸੀ? ਕੋਈ ਫਰਕ ਲੱਗਾ ਸੀ ਚਿਹਰੇ ਤੋਂ, ਕੁਛ ਲੱਗਾ ਸੀ ਤੁਹਾਨੂੰ? ਨਹੀਂ ਜੀ, ਉਹ ਤਾਂ ਫਿਰ ਤੁਹਾਨੂੰ ਪਤਾ ਹੈ ਵੀ
ਉਹਨਾਂ ਨੇ ਜਦੋਂ ਫੜਿਆ ਸੀ ਉਦੋਂ ਕੁੱਟ ਮਾਰ ਕਰਕੇ, ਮਤਲਬ ਉਹ ਸਰੀਰ ਤਾਂ ਤੁਹਾਡੇ ਕਹਿਣ ਵਾਂਗੂ ਕਮਜ਼ੋਰ ਹੀ ਸੀਗਾ। ਬਾਪੂ ਜੀ ਹੋਰ ਕੋਈ ਬਚਪਨ ਦੀ ਐਸੀ? ਇੱਕ ਸਾਧ ਸੰਗਤ ਜੀ ਮੈਂ ਗੱਲ ਦੱਸ ਦੇਵਾਂ, ਜਾਣਕਾਰੀ ਦੇ ਦਿਆਂ। ਇੱਕ ਤਾਂ ਦੇਖੋ ਬਾਪੂ ਜੀ ਦੀ ਏਜ ਹੁਣ ਤਕਰੀਬਨ 80+ ਏ, ਇਹਦੀ ਵਜ੍ਹਾ ਦੇ ਨਾਲ ਤੇ ਕੁਛ ਤੁਸੀਂ ਸਮਝ ਸਕਦੇ ਹੋ। ਬੇਸ਼ੱਕ ਕੁਰਬਾਨੀ ਦੇਣੀ ਸਾਨੂੰ ਸੁਣਨਾ ਬਹੁਤ ਚੰਗਾ ਲੱਗਦਾ ਹੈ ਕਿ ਉਹਨਾਂ ਨੇ ਭਾਣਾ ਮੰਨਿਆ, ਪਰ ਜਿਹੜੇ ਭਾਣਾ ਮੰਨਦੇ ਨੇ ਉਹਨਾਂ ਨੂੰ ਪਤਾ ਹੁੰਦਾ ਕਿ ਭਾਣਾ ਕਿਵੇਂ ਮੰਨਿਆ ਜਾਂਦਾ। ਦੇਖੋ ਇੰਨੇ ਲੰਬੇ ਸਾਲ ਦੇ ਇੰਨੀ ਜਿਹੜਾ ਦੌਰ ਚੱਲਿਆ ਉਹ ਦੁੱਖ ਹੰਡਾਏ ਆਪਣੇ ਪਿੰਡੇ ਤੇ, ਤੇ ਬਾਪੂ ਜੀ ਦੀ ਨਾ ਹੁਣ ਯਾਦਾਸ਼ਤ ਕਾਫੀ ਵੀਕ ਹੋ ਗਈ, ਤੇ ਬਾਪੂ ਜੀ ਨੂੰ ਅਸੀਂ ਵੈਸੇ ਵੀ ਗੱਲਾਂ ਕਰ ਰਹੇ ਸੀ ਕਿ ਉਹਨਾਂ ਦੇ ਬਾਰੇ ਕੁਛ ਹੋਰ ਦੱਸੋ ਕੁਛ ਬਚਪਨ ਦੇ ਬਾਰੇ, ਤੇ ਬਾਪੂ ਜੀ ਕਹਿ ਰਹੇ ਸੀ ਕਿ ਮੈਨੂੰ ਨਾ ਬਹੁਤ ਘੱਟ ਹੁਣ ਕੁਛ ਯਾਦ ਰਹਿੰਦਾ। ਫਿਰ ਵੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਬਾਪੂ ਜੀ ਦੀ ਯਾਦਾਂ 'ਚ ਕੋਈ ਐਸੀ ਯਾਦ ਉਹਨਾਂ ਦੇ ਬਚਪਨ ਦੀ ਜਾਂ ਉਹਨਾਂ ਦੇ ਕਾਲਜ ਟਾਈਮ ਦੀ ਜਿਹੜੀ ਉਹਨਾਂ ਨੂੰ ਕੋਈ ਗੱਲ ਯਾਦ ਆਈ ਹੋਵੇ ਕਿ ਜਿਹੜੀ ਖਾਸ ਕੋਈ ਗੱਲ ਭਾਈ ਸੁਖਦੇਵ ਸਿੰਘ ਜੀ ਦੀ। ਹਾਂਜੀ, ਇੱਕ ਦਿਨ ਮਤਲਬ ਆਪਣੇ ਪਿੰਡ ਦੇ ਸਾਥੀ ਸੀਗੇ ਅਤੇ ਉਹ ਬੋਰਡਿੰਗ 'ਚ ਪੜ੍ਹਦੇ ਸਨ, ਅਤੇ ਉਹਨਾਂ ਨੂੰ ਸੁਖਦੇਵ ਸਿੰਘ ਨੂੰ ਪਤਾ ਲੱਗਾ ਕਿ ਉਹ ਜੋ ਉਹਨਾਂ ਦੇ ਕੋਈ ਰਾਸਤੇ 'ਚ ਜਾਂਦੇ ਉਹਨਾਂ ਦਾ ਬੈਗ ਡਿੱਗ ਪਿਆ ਅਤੇ ਉਹ ਮੁੰਡਿਆਂ ਨੇ ਚੱਕ ਲਿਆ, ਅਤੇ ਉਹ ਉਹਨਾਂ ਲਈ ਲੜਾਈ ਹੋ ਗਈ ਅਤੇ ਸੁਖਦੇਵ ਨੂੰ ਪਤਾ ਲੱਗਾ ਕਿ ਮੇਰੇ ਪਿੰਡ ਵਾਲੇ ਮੁੰਡਿਆਂ ਨੂੰ ਕੁੱਟਦੇ ਹੈ, ਅਤੇ ਉਹ ਭੱਜ ਕੇ ਗਿਆ ਅਤੇ ਉਹਨਾਂ ਦੀ ਡਾਂਗ ਲੈ ਕੇ ਅਤੇ ਉਹਨਾਂ ਨੂੰ ਕੁੱਟ ਸੁੱਟਿਆ। ਜਿਹੜੇ ਮਾਰ ਰਹੇ ਸੀ ਉਹਨਾਂ ਦੀ ਡਾਂਗ ਲੈ ਕੇ ਉਹਨਾਂ ਨੂੰ ਕੁੱਟਿਆ? ਹਾਂਜੀ। ਅੱਛਾ ਜੀ, ਫਿਰ ਜਦੋਂ ਤੁਹਾਨੂੰ ਪਤਾ ਲੱਗਾ ਤੇ ਤੁਸੀਂ ਖੁਸ਼ ਹੋਏ ਕਿ ਤੁਸੀਂ ਗੁੱਸੇ ਹੋਏ ਸੀ ਉਹਨਾਂ ਨੂੰ? ਨਹੀਂ, ਖੁਸ਼ੀ ਸੀ ਵੀ ਜਿਹੜੇ ਆਪਣੇ ਸਾਥੀਆਂ ਦਾ ਆਪਣੇ ਪਿੰਡਿਆਂ ਦੀ ਮਦਦ ਕੀਤੀ ਹੈ ਨਾ। ਹਾਂਜੀ, ਭਾਵਨਾ ਪਹਿਲਾਂ ਤੋਂ ਹੀ ਸੀਗੀ। ਹਾਂਜੀ ਬਾਪੂ ਜੀ, ਹੋਰ ਕੋਈ ਖਾਸ ਗੱਲ ਉਹਨਾਂ ਦੀ ਕੋਈ ਯਾਦ ਹੋਵੇ ਜਾਂ ਕੋਈ ਐਸੀ ਗੱਲ ਜਿਹੜੀ ਤੁਹਾਨੂੰ ਅਕਸਰ ਹੀ ਉਹਨਾਂ ਦੀ ਯਾਦ ਆਉਂਦੀ ਹੈ, ਕੋਈ ਗੱਲ ਜਿਹੜੀ ਤੁਹਾਨੂੰ ਦੱਸੀ ਹੋਵੇ ਜਾਂ ਕਦੀ ਤੁਹਾਡੇ ਨਾਲ ਗੱਲ ਕੀਤੀ ਹੋਵੇ? ਨਹੀਂ ਜੀ, ਕੋਈ ਯਾਦ ਨਹੀਂ ਹੁਣ ਮੈਨੂੰ, ਕਿਉਂ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਾ ਵੀ ਹੁਣ ਮੈਨੂੰ ਗੱਲਾਂ ਦਾ ਚੇਤਾ ਹੀ ਭੁੱਲ ਗਿਆ ਸਾਰਾ। ਹਾਂਜੀ। ਅੱਛਾ ਬਾਪੂ ਜੀ, ਜਦੋਂ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋ ਗਈ ਸੀ, ਤੁਹਾਨੂੰ ਤੇ ਪਤਾ ਸੀ ਵੀ ਹੁਣ ਇਹ ਜਿਹੜੇ ਫਾਂਸੀ ਤੇ ਹੋਣਾ ਟੱਲ ਹੈਗੀ ਹੈਗੀ, ਉਸ ਤੋਂ ਬਾਅਦ ਉਹਨਾਂ ਨੇ ਜੋ ਤੁਹਾਨੂੰ ਕਿਹਾ ਸੀ ਵੀ ਤੁਸੀਂ ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣਾ ਹੈ, ਔਰ ਤੁਸੀਂ ਇਸ ਚੀਜ਼ ਦਾ ਸਬੂਤ ਵੀ ਦਿੱਤਾ, ਔਰ ਅੱਜ ਵੀ ਸਾਡੇ ਕੋਲ ਫੋਟੋਆਂ ਨੇ, ਔਰ ਅਕਸਰ ਹੀ ਅਸੀਂ ਜਿਹੜੇ ਜਜ਼ਬਾਤੀ ਜੇ ਲੋਕ ਆ ਜਦੋਂ ਅਸੀਂ ਦੇਖਦੇ ਹਾਂ ਮੈਗਜ਼ੀਨ ਦੇ ਵਿੱਚ ਤੁਹਾਡੀਆਂ ਫੋਟੋਆਂ ਸੀਗੀਆਂ ਕਿ ਇੱਕ ਤੁਸੀਂ ਬਾਪੂ ਜੀ ਗੁਲਜ਼ਾਰ ਸਿੰਘ ਜੀ ਭਾਈ ਹਰਜਿੰਦਰ ਸਿੰਘ ਜਿੰਦਾ ਦੇ ਫਾਦਰ ਸਾਹਿਬ ਤੇ ਬਾਪੂ ਜੀ ਤੁਸੀਂ ਸਰਦਾਰ ਮਹਿੰਗਾ ਸਿੰਘ ਜੀ, ਇੱਕ ਦੂਜੇ ਦੇ ਮੂੰਹ ਵਿੱਚ ਇਹ ਨਾ ਬਰਫੀ ਜਾਂ ਕੁਛ ਮਿਠਾਈ ਦੇ ਟੁਕੜੇ ਪਾ ਰਹੇ, ਬਾਪੂ ਜੀ ਉਹਦੇ ਬਾਰੇ ਦੱਸੋ ਕਿ ਇਹ ਮਿਠਾਈ ਤੁਸੀਂ ਕਦੋਂ ਵੰਡੀ ਸੀ? ਜਦੋਂ ਫਾਂਸੀ ਹੋ ਕੇ ਤੇ ਗੁਰਦੁਆਰੇ ਵਾਪਸ ਆ ਗਏ ਸਨ ਤੇ ਉਦੋਂ ਇਹ ਸਾਰੀ ਸੰਗਤ ਨੂੰ ਹੀ ਮਠਿਆਈ ਵੰਡੀ ਸੀ। ਸਾਧ ਸੰਗਤ ਜੀ, ਤੁਸੀਂ ਸੁਣਿਆ ਬਾਪੂ ਜੀ ਕੋਲੋਂ, ਜਿਵੇਂ ਅਕਸਰ ਹੀ ਹੁਣ ਸਾਡੇ ਪ੍ਰਚਾਰਕਾਂ ਨੇ ਇੱਕ ਪ੍ਰਚਾਰ ਕਰਨਾ ਸ਼ੁਰੂ ਕੀਤਾ ਜੀ ਅੱਜ ਸਾਡੇ ਕੋਲ ਉਹ ਚੀਜ਼ਾਂ ਨਹੀਂ ਹੈਗੀਆਂ, ਉਹ ਚੀਜ਼ਾਂ ਖਤਮ ਹੋ ਗਈਆਂ। ਦੇਖੋ ਕਲਗੀਧਰ ਦੇ ਲਾਲਾਂ ਦੀ ਗੱਲ ਕਰਦੇ ਨੇ, ਜਿੱਥੇ ਚਾਰਾਂ ਦੀ ਗੱਲ ਆਉਂਦੀ ਹੈ ਉੱਥੇ ਬਾਅਦ 'ਚ ਹਜ਼ਾਰਾਂ ਦੀ ਗੱਲ ਵੀ ਆਉਂਦੀ। ਅੱਜ ਵੀ ਸਾਡੇ ਕੋਲ ਇਹੋ ਜਿਹੇ ਬਾਪੂ, ਇਹੋ ਜਿਹੀ ਸਾਡੇ ਕੋਲ ਪੀੜ੍ਹੀ ਮੌਜੂਦ ਸੀਗੀ ਜਿਨ੍ਹਾਂ ਨੇ ਇਤਿਹਾਸ ਸਿਰਜਿਆ ਏ ਅੱਜ ਦੀ ਸਦੀ 'ਚ, ਸਾਨੂੰ ਵੀ ਇਹਨਾਂ ਕੋਲੋਂ ਕੁਝ ਸਿੱਖਣਾ ਚਾਹੀਦਾ ਹੈ। ਇੱਕ ਗੱਲ ਹੋਰ ਬਾਪੂ ਜੀ ਮੈਨੂੰ ਯਾਦ ਆਈ ਹੈ ਜਿਹੜੀ ਅਸੀਂ ਪੜ੍ਹੀ ਸੀ ਔਰ ਜਿਹੜੇ ਪੜ੍ਹ ਕੇ ਬਹੁਤ ਕਈ ਵਾਰ ਅੱਖਾਂ ਦੇ ਵਿੱਚੋਂ ਸਾਡੇ ਹੰਝੂ ਆਉਂਦੇ ਨੇ, ਉਹਦੇ ਬਾਰੇ 'ਚ ਦੱਸਿਓ ਕਿ ਅਸੀਂ ਸੁਣਿਆ ਸੀਗਾ ਵੀ ਜਦੋਂ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋ ਗਈ ਸੀ ਜਾਂ ਫਾਂਸੀ ਹੋ ਗਈ ਸੀ ਉਦੋਂ ਘਰ ਦੇ ਵਿੱਚ ਜਾਂ ਉੱਥੇ ਜਾ ਕੇ ਕੋਈ ਇੱਕ ਐਸਾ ਪ੍ਰੋਗਰਾਮ ਕੀਤਾ ਸੀ ਕਿ ਜਿਵੇਂ ਵਿਆਹ ਸ਼ਾਦੀ ਦੇ ਵਿੱਚ ਅਕਸਰ ਹੀ ਆਪਣੇ ਪਿੰਡਾਂ 'ਚ ਰਿਵਾਜ ਏ ਨੱਚਣ ਖੇਡਣ ਦਾ ਜਾਂ ਕੀ ਕਹਿ ਸਕਦੇ ਘੋੜੀਆਂ ਗਾਉਣ ਦਾ, ਇਹ ਇਹ ਘਟਨਾ ਇਹ ਜਿਹੜਾ ਸਭ ਕੁਛ ਕਿੱਥੇ ਹੋਇਆ ਸੀ?
ਇਹ ਪੁਣੇ 'ਚ ਹੋਇਆ ਜੀ, ਕਿ ਜਦੋਂ ਸੁਣਿਆ ਸੀ ਨਾ ਵੀ ਉਹਨਾਂ ਨੂੰ ਫਾਂਸੀ ਹੋ ਗਈ, ਤਾਂ ਉਹਨਾਂ ਨੇ ਆਖਿਆ ਵੀ ਕੁੜੀਆਂ ਨੇ ਭੰਗੜਾ ਪਾਇਆ ਅਤੇ ਵਿਆਹ ਦੇ ਗੀਤ ਗਾਏ ਕਿ ਘੋੜੀ ਚੜ੍ਹੇ ਆ। ਹਾਂਜੀ ਹਾਂਜੀ। ਅਤੇ ਇੱਕ ਹੋਰ ਗੱਲ ਦਾ ਵੀ ਅਕਸਰ ਜ਼ਿਕਰ ਹੁੰਦਾ ਹੈ, ਜਿਹੜਾ ਦੇਖਿਆ ਵੀ ਉਹਨਾਂ ਨੇ ਤੁਹਾਨੂੰ ਕਿਹਾ ਸੀ ਫਾਂਸੀ ਤੋਂ ਪਹਿਲੇ ਕਿ ਜਿਹੜੀਆਂ ਮੇਰੀਆਂ ਭੈਣਾਂ ਨੇ ਉਹਨਾਂ ਨੂੰ ਤੁਸੀਂ ਵਾਗ ਫੜਾਈ ਜਿਹੜੇ ਸ਼ਗਨ ਦਿਓ। ਹਾਂਜੀ। ਉਹ ਜੰਮੀ ਤੋਂ ਤਿੰਨ ਬੀਬੀਆਂ ਆਈਆਂ ਸਨ ਅਤੇ ਉਦੋਂ ਉਹਨਾਂ ਨੂੰ ਕਹਿੰਦਾ ਸੀ ਵੀ ਇੱਕ ਤਿੰਨਾਂ ਨੂੰ, ਇਹ ਵੱਡੀ ਨੂੰ 1,000 ਅਤੇ ਦੂਜੀਆਂ ਨੂੰ ਵੱਡੀ ਨੂੰ 1,500 ਦੇ ਦਿਓ ਅਤੇ ਦੂਜੀਆਂ ਨੂੰ 1,000 ਰੁਪਈਆ ਵਾਗ ਫੜਾਈ ਦੇ ਦਿਓ, ਅਤੇ ਉਹ ਵਾਗ ਫੜਾਈ ਦਿੱਤੀ ਸੀ। ਹਾਂਜੀ। ਇਸੇ ਤਰ੍ਹਾਂ ਸਾਧ ਸੰਗਤ ਜੀ, ਜਿਵੇਂ ਆਪਾਂ ਪਹਿਲੇ ਵੀ ਜ਼ਿਕਰ ਕਰ ਕੀਤਾ ਹੈ ਕਿ ਬਾਪੂ ਜੀ ਦੇ ਨਾਲ ਬਾਪੂ ਜੀ ਦੇ ਵੱਡੇ ਬੇਟੇ ਦਾ ਬੇਟਾ, ਕਿਉਂਕਿ ਭਾਈ ਸੁਖਦੇਵ ਸਿੰਘ ਸੁੱਖਾ ਜੀ ਤੇ ਮੈਰਿਡ ਨਹੀਂ ਸਨ, ਉਹ ਤੇ ਉਹਨਾਂ ਨੇ ਤੇ ਸ਼ਾਦੀ ਨਹੀਂ ਕਰਾਈ ਸੀ, ਪਰ ਜਿਵੇਂ ਪਹਿਲੇ ਜ਼ਿਕਰ ਕੀਤਾ ਕਿ ਉਹਨਾਂ ਦੇ ਵੱਡੇ ਭਾਈ ਸਾਹਿਬ ਸੀ ਜਿਨ੍ਹਾਂ ਦੀ ਡੈਥ 82 ਦੇ ਵਿੱਚ ਹੋ ਚੁੱਕੀ ਸੀ, ਉਹਨਾਂ ਦਾ ਬੇਟਾ ਜੋ ਉੱਥੇ ਬਾਪੂ ਜੀ ਦੀ ਸੇਵਾ ਸੰਭਾਲ ਕਰ ਰਹੇ ਨੇ ਇਸ ਟਾਈਮ ਤੇ, ਬਾਪੂ ਜੀ ਦੇ ਯਾਨੀ ਕਿ ਪੋਤਰਾ ਭਾਈ ਸੁਖਦੇਵ ਸਿੰਘ ਸੁੱਖਾ ਜੀ ਦਾ ਭਤੀਜਾ, ਉਹਨਾਂ ਨੂੰ ਅਸੀਂ ਪੁੱਛਦੇ ਹਾਂ ਕਿ ਉਹਨਾਂ ਦੇ ਬਚਪਨ ਦੇ ਵਿੱਚ, ਕਿਉਂਕਿ ਉਹ ਤੇ ਬਹੁਤ ਛੋਟੇ ਸੀਗੇ ਜਦੋਂ ਉਹਨਾਂ ਦੇ ਚਾਚਾ ਜੀ ਜਿਹੜੇ ਸ਼ਹੀਦ ਹੋ ਗਏ, ਫਿਰ ਵੀ ਉਹ ਜੇਲ੍ਹ ਦੇ ਵਿੱਚ ਮੁਲਾਕਾਤਾਂ ਲਈ ਤੇ ਜਾਂਦੇ ਸੀਗੇ, ਉਹਨਾਂ ਨਾਲ ਜੁੜੀਆਂ ਕੋਈ ਖਾਸ ਗੱਲ ਜਾਂ ਕੋਈ ਖਾਸ ਯਾਦ ਅਸੀਂ ਉਹਨਾਂ ਨੂੰ ਪੁੱਛੀਏ? ਚਾਚਾ ਜੀ ਉਹਨਾਂ ਕੋਲ ਜਦੋਂ ਅਸੀਂ ਮੁਲਾਕਾਤ ਕਰਨ ਵਾਸਤੇ ਗਏ, ਮੈਂ ਛੋਟਾ ਜਿਹਾ ਸੀ ਉਦੋਂ, ਉਹਨਾਂ ਨੇ ਪੁੱਛਿਆ ਬੇਟਾ ਤੁਸੀਂ ਕੀ ਖਾਣਾ, ਮੈਂ ਦੂਸਰੇ ਦਿਨ ਗਏ, ਮੈਂ ਕਿਹਾ ਵੀ ਚਾਚਾ ਜੀ ਆਲੂ ਵਾਲੇ ਪਰੌਂਠੇ ਖਾਣੇ, ਉਹਨਾਂ ਨੇ ਦੂਸਰੇ ਦਿਨ ਮੈਨੂੰ ਆਲੂ ਵਾਲੇ ਪਰੌਂਠੇ ਖਵਾਏ, ਅਤੇ ਜਦੋਂ ਮੁਲਾਕਾਤ ਕਰਨ ਜਾਂਦਾ ਸੀ ਮੈਂ ਛੋਟਾ ਜਿਹਾ ਸੀਗਾ, ਉਦੋਂ ਬਾਹਲੀ ਸੂਹ ਤਾਂ ਹੈ ਨਹੀਂ ਸੀਗੀ, ਉਦੋਂ ਉਹਨਾਂ ਨੇ ਜਾਣਾ ਮੈਨੂੰ ਜੰਗਲਾਂ ਦੇ ਵਿੱਚ ਦੀ ਖਿੱਚ ਕੇ ਮੇਰਾ ਪਿਆਰ ਕਰਨਾ, ਉਹਨਾਂ ਨੇ ਦੋਨੇ ਗੱਲਾਂ 'ਤੇ ਬਹੁਤ ਪਿਆਰ ਕਰਦੇ ਸਨ ਮੈਨੂੰ। ਹਾਂਜੀ। ਹੁਣ ਵੀ ਉਸ ਤੋਂ ਬਾਅਦ ਤੁਸੀਂ ਤਕਰੀਬਨ ਹੁਣ ਤੁਸੀਂ ਬਚਪਨ ਤੋਂ ਜਵਾਨ ਹੋ ਗਏ ਹੋ, ਹੁਣ ਵੀ ਤੁਸੀਂ ਕਈ ਵਾਰ ਆਲੂ ਦੇ ਪਰੌਂਠੇ ਖਾਧੇ ਹੋਣੇ, ਪਰ ਤੁਹਾਨੂੰ ਉਹ ਆਲੂ ਦੇ ਪਰੌਂਠੇ ਜ਼ਰੂਰ ਯਾਦ ਆਉਂਦੇ ਹੋਣੇ, ਹੈ ਨਾ? ਅਤੇ ਤੁਹਾਨੂੰ ਕਿਵੇਂ ਮਾਣ ਮਹਿਸੂਸ ਹੁੰਦਾ ਹੈ ਕਿ ਜਦੋਂ ਤੁਹਾਨੂੰ ਕੋਈ ਇਹ ਕਹਿੰਦਾ ਕਿ ਭਾਈ ਸੁਖਦੇਵ ਸਿੰਘ ਸੁੱਖਾ ਦਾ ਭਤੀਜਾ ਹੈ, ਤੁਹਾਨੂੰ ਮਾਣ ਮਹਿਸੂਸ ਹੁੰਦਾ ਹੈ ਨਾ ਇਸ ਗੱਲ ਲਈ? ਹਾਂਜੀ ਹਾਂਜੀ, ਬਹੁਤ ਮਾਣ ਮਹਿਸੂਸ ਹੁੰਦਾ ਜੀ ਜਦੋਂ ਜਾਂਦੇ ਹਾਂ, ਸਾਨੂੰ ਪੁੱਛਦੇ ਆ ਵੀ ਤੁਸੀਂ ਹਾਂਜੀ ਸੁਖਦੇਵ ਸਿੰਘ ਸੁੱਖਾ ਦੇ ਭਤੀਜਾ, ਸਾਨੂੰ ਬਹੁਤ ਮਾਣ ਮਹਿਸੂਸ ਹੁੰਦਾ। ਹਾਂਜੀ ਹਾਂਜੀ। ਬਾਪੂ ਜੀ ਹੁਣ ਤੁਸੀਂ ਦੱਸੋ ਤੁਹਾਡਾ ਆਪਣਾ ਕਾਰੋਬਾਰ, ਜੋ ਤੁਸੀਂ ਖੇਤੀਬਾੜੀ ਕਰ ਰਹੇ ਹੋ ਤੁਸੀਂ ਇਸ ਟਾਈਮ ਤੇ? ਹਾਂਜੀ ਖੇਤੀਬਾੜੀ ਕਰ ਰਹੇ ਹਾਂ, ਸਾਡੇ ਕੋਲ 30 ਵਿਘੇ ਜ਼ਮੀਨ ਹੈ। ਹਾਂਜੀ। ਖੇਤੀਬਾੜੀ ਕਰੀ ਜਾਂਦੇ ਹਾਂ। ਹਾਂਜੀ ਹਾਂਜੀ। ਬਾਪੂ ਜੀ ਜਦੋਂ ਤੁਹਾਡੇ ਬੇਟੇ ਕੁਰਬਾਨ ਹੋ ਗਏ ਕੌਮ ਤੋਂ ਆਪਣੇ ਧਰਮ ਲਈ, ਉਹਨਾਂ ਨੇ ਆਪਣਾ ਆਪ ਨਿਸ਼ਾਵਰ ਕਰ ਦਿੱਤਾ, ਜਦੋਂ ਕਦੀ ਤੁਹਾਨੂੰ ਉਹਨਾਂ ਦੀ ਯਾਦ, ਕਦੀ ਉਹਨਾਂ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ ਕਿ ਮੇਰਾ ਪੁੱਤ ਮੇਰੇ ਕੋਲ ਹੁੰਦਾ, ਜਾਂ ਤੁਹਾਨੂੰ ਜ਼ਿਆਦਾ ਮਾਣ ਮਹਿਸੂਸ ਹੁੰਦਾ ਕਿ ਮੇਰਾ ਪੁੱਤ ਕੌਮ ਤੋਂ ਆਪਣਾ ਆਪ ਵਾਰ ਗਿਆ? ਕਮੀ ਤਾਂ ਮਨਜ਼ੂਰ ਹੁੰਦੀ ਹੈ ਜੀ, ਵੀ ਜਦੋਂ ਬੱਚਾ ਚਲੇ ਜਾਂਦਾ ਕਮੀਆਂ ਤਾਂ ਬਹੁਤ ਹੁੰਦੀਆਂ, ਪਰ ਹੁਣ ਮਹਾਰਾਜ ਦਾ ਭਾਣਾ ਮੰਨਣਾ ਪੈਂਦਾ, ਜੋ ਕੁਛ ਵੀ ਹੈ ਉਹ ਮਹਾਰਾਜ ਕਰ ਰਿਹਾ, ਠੀਕ ਹੀ ਕਰਦਾ। ਹਾਂਜੀ ਹਾਂਜੀ। ਸਾਧ ਸੰਗਤ ਜੀ ਜਿਸ ਤਰ੍ਹਾਂ ਤੁਸੀਂ ਹੁਣ ਸੁਣਿਆ, ਕਿਉਂਕਿ ਬਾਪੂ ਜੀ ਦੇ ਨਾਲ ਮਾਤਾ ਜੀ ਨਹੀਂ ਆ ਸਕੇ, ਇਹਦੀ ਵਜ੍ਹਾ ਇਹ ਹੈ ਕਿ ਮਾਤਾ ਜੀ ਦੀ ਵੀ ਤਬੀਅਤ ਅੱਜ ਕੱਲ੍ਹ ਬਹੁਤ ਜ਼ਿਆਦਾ ਖਰਾਬ ਰਹਿੰਦੀ ਹੈ। ਇੱਕ ਤਾਂ ਮਾਤਾ ਜੀ ਨੂੰ ਹਾਰਟ ਦੀ ਪ੍ਰੋਬਲਮ ਹੈ, ਦੂਜਾ ਮਾਤਾ ਜੀ ਦੇ ਪਿੱਤੇ 'ਚ ਪੱਥਰੀ ਦੀ ਵਜ੍ਹਾ ਦੇ ਨਾਲ ਅਤੇ ਇੱਕ ਉਮਰ ਦੇ ਹੋਣ ਦੇ ਨਾਲ ਉਹ ਇੰਨਾ ਸਫ਼ਰ ਨਹੀਂ ਕਰ ਸਕਦੇ। ਮਾਤਾ ਜੀ ਦੇ ਕੋਲ ਯਾਦਾਂ ਦੀ ਬਹੁਤ ਵੱਡੀ ਚੰਗੇਰ ਹੈ, ਪਰ ਬਾਪੂ ਜੀ ਦੀ ਕਿਉਂਕਿ ਯਾਦਾਸ਼ ਕਾਫ਼ੀ ਕਮਜ਼ੋਰ ਹੋ ਚੁੱਕੀ ਹੈ, ਅਤੇ ਤੁਸੀਂ ਦੇਖਿਆ ਹੈ ਆਪਣੇ ਪੁੱਤ ਨੂੰ ਧਰਮ ਤੋਂ ਵਾਰ ਕੇ ਜੋ ਬਾਪੂ ਜੀ ਦੇ ਚਿਹਰੇ 'ਤੇ ਅੱਜ ਵੀ ਉਹ ਜਲਾਲ ਆਉਂਦਾ, ਬੇਸ਼ੱਕ ਉਹਨਾਂ ਨੂੰ ਯਾਦਾਂ ਧੁੰਦਲੀਆਂ ਹੋ ਗਈਆਂ। ਬਾਪੂ ਜੀ ਜਦੋਂ ਭਾਈ ਸੁਖਦੇਵ ਸਿੰਘ ਸੁੱਖਾ ਦੇ ਭਾਈ ਹਰਜਿੰਦਰ ਸਿੰਘ ਜਿੰਦਾ ਜਨਰਲ ਵੈਦਿਆ ਵਾਲੇ ਕਾਂਡ 'ਚ ਫੜੇ ਗਏ, ਉਸ ਤੋਂ ਬਾਅਦ ਇੱਥੋਂ ਦੀ ਪੁਲਿਸ ਨੇ ਤੁਹਾਨੂੰ ਤੰਗ ਪਰੇਸ਼ਾਨ ਤਾਂ ਨਹੀਂ ਕੀਤਾ ਜਾਂ ਤੁਹਾਨੂੰ? ਕਿਸੇ ਨੇ ਕੋਈ ਤੰਗ ਨਹੀਂ ਕੀਤਾ ਜੀ। ਹਾਂਜੀ। ਨਾ ਇੱਧਰ ਲਈ ਨਾ ਉੱਧਰ ਲਈ ਕਿਸੇ ਨੇ ਤੰਗ ਨਹੀਂ ਕੀਤਾ, ਕੁਛ ਨਹੀਂ ਸਾਨੂੰ ਆਖਿਆ ਕਹਿਣਾ। ਹਾਂਜੀ ਹਾਂਜੀ। ਸਾਧ ਸੰਗਤ ਜੀ
ਜਿਵੇਂ ਅਕਸਰ ਹੀ ਜਿਹੜਾ ਭਾਰਤੀ ਮੀਡੀਆ ਜਾਂ ਜਿਹੜੇ ਹਿੰਦੁਸਤਾਨ ਦੀ ਜਿਹੜੀ ਕੂਟਨੀਤਿਕ ਚਾਲਾਂ ਵਾਲਿਆਂ ਨੇ ਹਮੇਸ਼ਾ ਇਹ ਗੱਲ ਫੈਲਾਈ ਸੀ, ਜਿਹੜੇ ਬਾਅਦ ਵਿੱਚ ਵੀ ਖਾੜਕੂ ਸਿੰਘ ਜੋ ਵੀ ਸਾਡੇ ਨੌਜਵਾਨ ਸ਼ਹੀਦ ਹੋਏ ਸੀ ਜਾਂ ਜਿਹੜਾ ਦੌਰ ਚੱਲ ਰਿਹਾ ਸੀ, ਉਹ ਅਕਸਰ ਇਹ ਗੱਲ ਘੁਮਾਉਂਦੇ ਸੀ ਕਿ ਜੀ ਇਹ ਤੇ ਐਵੇਂ ਪਿੰਡਾਂ ਦੇ ਜਿਹੜੇ ਉਹ ਵਿਹਲੜ ਮੁੰਡੇ ਜੀ, ਅਨਪੜ੍ਹ ਮੁੰਡੇ ਹਥਿਆਰ ਲੈ ਕੇ ਪੈਸੇ ਦੀ ਖਾਤਰ ਸਭ ਕੁਛ ਕਰ ਰਹੇ ਨੇ। ਪਰ ਸਭ ਤੋਂ ਮੇਨ ਔਰ ਚੀਜ਼ਾਂ ਜਿਹੜੀਆਂ ਸਾਡੀਆਂ ਅਕਸਰ ਅਸੀਂ ਅਣਗੌਲੀਆਂ ਜਿਹੀਆਂ ਕਰ ਦਿੰਦੇ, ਅਸੀਂ ਸੁਣਿਆ ਤੇ ਹੁੰਦਾ ਬੇਸ਼ੱਕ ਜਿਹੜੇ ਮੇਨ ਮੇਨ ਕਈ ਤੇ ਐਸੇ ਖਾੜਕੂ ਨੇ, ਕਈ ਐਸੇ ਸਾਡੇ ਵੀਰ ਸੀਗੇ ਜਿਹਨਾਂ ਨੇ ਸੰਘਰਸ਼ ਵਿੱਚ ਬਹੁਤ ਯੋਗਦਾਨ ਸੀ। ਮੈਂ ਤੇ ਉਹਨਾਂ ਨੂੰ ਇਹੀ ਕਹਾਂਗੀ ਕਿ ਕੋਈ ਇੱਕ ਜਿੰਦਾ ਸ਼ਹੀਦ ਸਾਡੇ ਵਿੱਚ ਨਹੀਂ ਆ, ਸਾਡੇ ਅੱਜ ਵੀ ਹਜ਼ਾਰਾਂ ਜਿੰਦਾ ਸ਼ਹੀਦ ਨੇ। ਇਸੇ ਤਰ੍ਹਾਂ ਸਾਧ ਸੰਗਤ ਜੀ, ਮੇਨ ਚੀਜ਼ਾਂ ਜਿੱਥੋਂ ਤੱਕ ਅਸੀਂ ਸਟੱਡੀ ਕੀਤੀਆਂ ਜਾਂ ਅਸੀਂ ਦੇਖਿਆ ਪੜ੍ਹਿਆ ਹੈ ਉਹਨਾਂ ਦੇ ਬਾਰੇ 'ਚ ਬਹੁਤ ਸਾਰੇ ਖਾੜਕੂਆਂ ਬਾਰੇ, ਇਸੇ ਤਰ੍ਹਾਂ ਭਾਈ ਸੁਖਦੇਵ ਸਿੰਘ ਸੁੱਖਾ ਤੇ ਭਾਈ ਹਰਜਿੰਦਰ ਸਿੰਘ ਹਰਜਿੰਦਾ ਜੀ ਦੇ ਬਾਰੇ 'ਚ ਪੜ੍ਹਿਆ ਹੈ ਕਿ ਦੇਖੋ ਉਸ ਟਾਈਮ 'ਤੇ ਜਦੋਂ ਅੱਜ ਤੋਂ ਕਹਿ ਸਕਦੇ ਅਸੀਂ ਕਿ 30-35 ਸਾਲ ਤੋਂ ਵੀ ਪਹਿਲੇ ਦੀ ਗੱਲ ਆ, 84 ਤੋਂ ਪਹਿਲੇ ਦੀ ਗੱਲ, ਕਿ ਉਸ ਟਾਈਮ 'ਤੇ ਵੀ ਉਹਨਾਂ ਦੀ ਕਿੰਨੀ ਹਾਈ ਸਟੱਡੀ ਸੀ। ਮੇਰਾ ਖਿਆਲ ਹੈ ਕਿ ਭਾਈ ਸੁਖਦੇਵ ਸਿੰਘ ਸੁੱਖਾ MA ਦੀ ਤਿਆਰੀ ਕਰ ਰਹੇ ਸੀ, MA ਇੰਗਲਿਸ਼ ਦੇ ਜਿਹੜੇ ਉਹਨਾਂ ਨੇ ਫਾਰਮ ਭਰੇ ਸੀਗੇ। ਅਤੇ ਇਸੇ ਤਰ੍ਹਾਂ ਭਾਈ ਹਰਜਿੰਦਰ ਸਿੰਘ ਜਿੰਦਾ ਵੀ ਜਿਹੜੇ ਉਹਨਾਂ ਨੇ ਵੀ ਗ੍ਰੈਜੂਏਸ਼ਨ ਕੀਤੀ ਹੋਈ ਸੀ। ਇਸੇ ਤਰ੍ਹਾਂ ਪਤਾ ਨਹੀਂ ਕਿੰਨੀ ਲੰਬੀ ਲੜੀ ਹੈ ਕਿ ਜਿਹੜੇ ਜਿਹੜੇ ਤਕਰੀਬਨ ਗ੍ਰੈਜੂਏਟ ਸੀਗੇ ਨੌਜਵਾਨ ਜਿਹੜੇ ਸੀ, ਪੜ੍ਹੇ ਲਿਖੇ ਨੌਜਵਾਨ, ਇਹ ਕਿਉਂ ਇਸ ਪਾਸੇ ਆਏ ਤੇ ਤੁਸੀਂ ਸਭ ਜਾਣੋ, ਇਹਦੇ ਪਾਛੇ ਡੂੰਘਾਈ 'ਚ ਜਾਣ ਦੀ ਸਾਨੂੰ ਜ਼ਿਆਦਾ ਨਹੀਂ। ਪਰ ਮੈਂ ਇੱਕ ਗੱਲ ਮੇਰੇ ਮਨ 'ਚ ਜਿਹਨ 'ਚ ਆਈ ਹੈ ਕਿ ਬਾਪੂ ਜੀ ਵਿਚਾਰਿਆਂ ਦੀ ਯਾਦਾਂ ਕਾਫੀ ਧੁੰਦਲੀਆਂ ਨੇ, ਪਰ ਫਿਰ ਵੀ ਮੇਰੇ ਦਿਮਾਗ 'ਚ ਇੱਕ ਗੱਲ ਆਈ ਹੈ, ਅੱਜ ਵੀ ਅਸੀਂ ਆਪਣੇ ਫੈਮਿਲੀ ਪਰਿਵਾਰ 'ਚ ਵਿਚਰਦੇ, ਜਦੋਂ ਸਾਡੇ ਬੱਚੇ ਜਦੋਂ ਨੌਜਵਾਨ ਬੱਚੇ ਬੱਚਾ ਕਾਲਜ ਜਾਣ ਲੱਗ ਜਾਂਦਾ ਤੇ ਅਕਸਰ ਮਾਪਿਆਂ ਦਾ ਸੁਪਨਾ ਹੁੰਦਾ ਕਿ ਮੈਂ ਇਹਦੇ ਉੱਪਰ ਖਰਚ ਕਰ ਰਿਹਾ, ਮੈਂ ਇਹਨੂੰ ਪੜ੍ਹਾ ਰਿਹਾ, ਮੇਰਾ ਬੱਚਾ ਕੱਲ੍ਹ ਨੂੰ ਸੈੱਟ ਹੋਏਗਾ, ਕਿਸੇ ਅੱਛੀ ਨੌਕਰੀ 'ਤੇ ਲੱਗੇਗਾ ਜਾਂ ਕੋਈ ਅੱਛਾ ਬਿਜ਼ਨਸ ਕਰੇਗਾ, ਫਿਰ ਅਸੀਂ ਇਹਦਾ ਵਿਆਹ ਕਰਾਂਗੇ, ਸਾਡੇ ਚਾਅ ਪੂਰੇ ਹੋਣਗੇ, ਇਹਦਾ ਵਿਆਹ ਕਰਾਂਗੇ, ਘਰ ਦੁਲਹਨ ਆਏਗੀ, ਘਰ 'ਚ ਸਾਡੇ ਹੋਰ ਰੌਣਕ ਹੋਏਗੀ। ਅਤੇ ਤੁਸੀਂ ਆਪੇ ਦੇਖੋ ਕਿ ਜਿਸ ਬਾਪੂ ਨੇ ਇੱਕ ਬੱਚਾ ਆਪਣਾ ਬੇਟਾ ਪਹਿਲਾਂ ਹੀ ਗਵਾ ਚੁੱਕੇ ਸੀ, ਕੀ ਜਦੋਂ ਭਾਈ ਸੁਖਦੇਵ ਸਿੰਘ ਸੁੱਖਾ ਸਟੱਡੀ ਕਰ ਰਹੇ ਸੀ ਉਸ ਏਰੀਏ ਦੇ ਵਿੱਚ, ਰਾਜਸਥਾਨ ਦੇ ਵਿੱਚ, ਉਸ ਏਰੀਏ ਦੇ ਵਿੱਚ ਜਿੱਥੇ ਜ਼ਿਆਦਾਤਰ ਪੇਂਡੂ ਤਬਕਾ ਕਹਿ ਸਕਦੇ ਹਾਂ ਕਿ ਜਿੱਥੋਂ ਦੇ ਲੜਕੇ ਬਹੁਤ ਘੱਟ ਪੜ੍ਹੇ, ਉਸ ਟਾਈਮ 'ਤੇ ਭਾਈ ਸੁਖਦੇਵ ਸਿੰਘ ਸੁੱਖਾ ਜੀ MA ਦੀ ਤਿਆਰੀ ਕਰ ਰਹੇ ਸੀ ਜਦੋਂ ਇਹ ਸੰਘਰਸ਼ ਵਿੱਚ ਚਲੇ ਗਏ। ਅਤੇ ਸਾਹ ਸੰਗਤ ਜੀ, ਬਾਪੂ ਜੀ ਨੂੰ ਅਸੀਂ ਪੁੱਛਣ ਦੀ ਕੋਸ਼ਿਸ਼ ਕਰਦੇ ਹਾਂ ਕਿ ਜੇ ਉਹਨਾਂ ਨੂੰ ਕੁਛ ਯਾਦ ਹੈ ਕਿ ਤੁਹਾਡੇ ਵੀ ਸੁਪਨੇ ਹੋਣਗੇ ਕਿ ਸੁਖਦੇਵ ਸਿੰਘ ਸੁੱਖਾ ਕਦੀ ਮੇਰਾ ਬੇਟਾ ਪੜ੍ਹ ਲਿਖ ਕੇ ਕਿਸੇ ਐਸੀ ਪੋਸਟ 'ਤੇ ਪਹੁੰਚੇ ਅਤੇ ਅਸੀਂ ਬਾਅਦ ਵਿੱਚ ਉਹਦਾ ਵਿਆਹ ਕਰੀਏ। ਬਾਪੂ ਜੀ ਇਹਦੇ ਬਾਰੇ 'ਚ ਦੱਸੋ, ਤੁਹਾਡਾ ਕੀ ਸੁਪਨਾ ਸੀ ਕਿ ਮੇਰਾ ਸੁੱਖ ਪੜ੍ਹ ਲਿਖ ਕੇ ਨੌਕਰੀ ਕਰੇ ਜਾਂ ਵੱਡਾ ਆਦਮੀ ਬਣੇ ਜਾਂ ਉਹਦਾ ਅਸੀਂ ਵਿਆਹ ਕਰਾਂਗੇ, ਇਹਦੇ ਬਾਰੇ 'ਚ ਦੱਸੋ। ਹਾਂਜੀ, ਇਹ ਸੀਗਾ ਜੀ ਧਿਆਨ, ਵੀ ਲੜਕਾ ਪੜ੍ਹ ਕੇ ਜਵਾਨ ਤਾਂ ਹੋ ਗਿਆ, ਪੜ੍ਹ ਕੇ ਨੌਕਰੀ ਕਰੇਗਾ ਫਿਰ ਇਹਦੀ ਸ਼ਾਦੀ ਕਰਾਂਗੇ। ਹਾਂਜੀ, ਫਿਰ ਤਾਂ ਪਹਿਲਾਂ ਨਹੀਂ ਕਰਨੀ ਕਿ ਜੇਕਰ ਬੱਚੇ ਦੀ ਪਹਿਲਾਂ ਸ਼ਾਦੀ ਹੋ ਜਾਏ ਤਾਂ ਮੁੜ ਕੇ ਨੌਕਰੀ ਨਹੀਂ ਲੱਗਦੇ। ਹਾਂਜੀ ਹਾਂਜੀ ਹਾਂਜੀ, ਇਹੀ ਖਿਆਲ ਸੀ ਸਾਡੇ ਦਾ। ਹਾਂਜੀ, ਸਾਧ ਸੰਗਤ ਜੀ, ਜਿਵੇਂ ਸਾਡੇ ਮਨ 'ਚ ਤਮੰਨਾ ਹੁੰਦੀਆਂ ਨੇ, ਬਹੁਤ ਸਾਰੀਆਂ ਇੱਛਾਵਾਂ ਹੁੰਦੀਆਂ ਨੇ ਕਿ ਸਾਡਾ ਬੱਚਾ ਪੜ੍ਹ ਲਿਖ ਕੇ, ਇਸੇ ਤਰ੍ਹਾਂ ਦੇਖੋ ਇੱਕ ਇੱਕ ਪਲ ਜਿਹੜਾ ਬੱਚੇ ਨੂੰ ਪਾਲ ਕੇ ਵੱਡਾ ਕੀਤਾ ਹੁੰਦਾ ਹੈ, ਉਹਦੀਆਂ ਹਜ਼ਾਰਾਂ ਯਾਦਾਂ ਹੁੰਦੀਆਂ ਨੇ, ਫਿਰ ਵੀ ਅਸੀਂ ਬਾਪੂ ਜੀ ਦੀਆਂ ਧੁੰਦਲੀਆਂ ਜਿਹੀਆਂ ਯਾਦਾਂ 'ਚੋਂ ਕੋਈ ਇੱਕ ਐਸੀ ਇੱਕ ਅੱਧੀ ਯਾਦ ਪੁੱਛਦੇ ਹਾਂ ਕਿ ਬਚਪਨ 'ਚ ਕੋਈ ਐਸੀ ਗੱਲ ਭਾਈ ਸੁੱਖੇ ਦੀ ਉਹਨਾਂ ਨੂੰ ਯਾਦ ਹੋਵੇ ਕਿ ਉਹਨਾਂ ਨੇ ਕਦੀ ਸੇਵਾ। ਹਾਂ, ਇੱਕ ਗੱਲ ਬਾਪੂ ਜੀ ਮੈਨੂੰ ਦੱਸੋ ਕਿ ਭਾਈ ਸੁੱਖੇ ਦਾ, ਭਾਈ ਸੁਖਦੇਵ ਸਿੰਘ ਜੀ ਸੁੱਖਾ ਦਾ ਜ਼ਿਆਦਾ ਪਿਆਰ ਤੁਹਾਡੇ ਨਾਲ ਸੀ ਕਿ ਜਾਂ ਆਪਣੀ ਮਾਤਾ ਨਾਲ ਸੀ? ਪਿਆਰ ਤਾਂ ਮਾਤਾ ਨਾਲ ਬਹੁਤ ਸੀ, ਪਰ ਸੌਂਦੇ ਮੇਰੇ ਨਾਲ ਹੀ ਸੀ।
ਹਾਂਜੀ ਸਾਧ ਸੰਗਤ ਜੀ, ਜਿਵੇਂ ਹੁਣੇ ਅਸੀਂ ਬਾਪੂ ਜੀ ਕੋਲੋਂ ਸਵਾਲ ਪੁੱਛਿਆ ਸੀ ਵੀ ਉਹਨਾਂ ਦਾ ਪਿਆਰ ਤੁਹਾਡੇ ਨਾਲ ਜ਼ਿਆਦਾ ਸੀ ਕਿ ਜਾਂ ਮਾਤਾ ਜੀ ਨਾਲ, ਅਤੇ ਬਾਪੂ ਜੀ ਨੇ ਦੱਸਿਆ ਕਿ ਪਿਆਰ ਤਾਂ ਬੇਸ਼ੱਕ ਮਾਤਾ ਨਾਲ ਜ਼ਿਆਦਾ ਸੀ ਪਰ ਸੌਂਦਾ ਮੇਰੇ ਨਾਲ ਸੀ। ਇਸੇ ਤਰ੍ਹਾਂ ਅਸੀਂ ਬਾਪੂ ਜੀ ਨੂੰ ਪੁੱਛਦੇ ਕੋਈ ਹੋਰ ਐਸੀ ਗੱਲ, ਕੋਈ ਐਸੀ ਘਟਨਾ ਜਾਂ ਕੋਈ ਜਿਹੜੀ ਤੁਹਾਨੂੰ ਵਾਰ ਵਾਰ ਯਾਦ ਆਉਂਦੀ ਹੋਏ ਕਿ ਛੋਟੇ ਹੁੰਦੇ ਭਾਈ ਸੁਖਦੇਵ ਸਿੰਘ ਨੇ ਕਦੀ ਤੁਹਾਡੀ ਸੇਵਾ ਕਰਦੇ ਸੀ ਜਾਂ ਕਦੀ ਜਿਵੇਂ ਬੱਚੇ ਬਾਪੂਆਂ ਨਾਲ ਅਕਸਰ ਹੀ ਲਾਡ ਪਿਆਰ ਕਰਦੇ, ਕੋਈ ਐਸੀ ਗੱਲ ਬਾਪੂ ਜੀ ਦੱਸੋ। ਹਾਂਜੀ ਬਹੁਤ ਪਿਆਰ ਕਰਦੇ ਸਨ ਅਤੇ ਲੱਤਾਂ ਵੀ ਕੁੱਟਣੇ ਉੱਤੇ ਚੜ ਕੇ ਲਤਾੜਦੇ ਵੀ ਹੁੰਦੇ ਸਨ ਅਤੇ ਸਾਧ ਸੰਗਤ ਜੀ ਦੇਖੋ ਜਿਵੇਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਬਾਪੂ ਜੀ ਦੀਆਂ ਧੁੰਦਲੀਆਂ ਜਿਹੀਆਂ ਯਾਦਾਂ ਦੇ ਵਿੱਚੋਂ ਕੁਛ ਯਾਦਾਂ ਖਰੋਚ ਕੇ ਲਿਆਈਏ। ਜਿਵੇਂ ਬਾਪੂ ਜੀ ਨੇ ਅੱਗੇ ਜ਼ਿਕਰ ਕੀਤਾ ਸੀ ਨਾ, ਕਹਿਣ ਸੁਣਨ 'ਚ ਬੜੀ ਛੋਟੀ ਜਿਹੀ ਗੱਲ ਹੈ ਕਿ ਆਰਾਮ ਨਾਲ, ਪਰ ਤੁਸੀਂ ਇਹ ਦੇਖੋ ਸਾਡੇ ਬੱਚੇ ਜਦੋਂ ਸਾਡੇ ਕੋਲੋਂ ਦੂਰ ਹੁੰਦੇ, ਈਵਨ ਕਿ ਜਦੋਂ ਬੱਚਾ ਸਕੂਲ ਗਿਆ ਹੁੰਦਾ ਜਦ ਤੱਕ ਘਰ ਵਾਪਸ ਨਹੀਂ ਆਉਂਦਾ ਨਾ ਮਾਪਿਆਂ ਨੂੰ ਚੈਨ ਨਹੀਂ ਆਉਂਦਾ। ਅਸੀਂ ਅਕਸਰ ਕਹਿ ਦਿੰਦੇ ਕਿ ਅੱਜ ਵੀ ਕੁਰਬਾਨੀ ਵਾਲੇ ਸਿੱਖ ਹੈਗੇ, ਉਹਨਾਂ ਨੇ ਆਪਣੇ ਬੱਚੇ ਕੁਰਬਾਨ ਕੀਤੇ ਭਾਣਾ ਮਿੱਠਾ ਕਰਕੇ ਮੰਨਿਆ, ਪਰ ਜਿਹੜੇ ਭਾਣਾ ਮਿੱਠਾ ਕਰਕੇ ਮੰਨੇ ਵਾਕਿਆ ਹੀ ਉਹ ਬੜੇ ਕਮਾਲ ਦੇ ਸਾਡੇ ਕੋਲ ਅੱਜ ਵੀ ਮੌਜੂਦ ਨੇ। ਜ਼ਰੂਰਤ ਹੈ ਇੱਕ ਐਸੇ ਇਤਿਹਾਸ ਨੂੰ ਸੰਭਾਲਣ ਦੀ ਜਿਹੜਾ ਇਤਿਹਾਸ ਸਾਡੇ ਕੋਲ ਜਿਉਂਦਾ ਜਾਗਦਾ। ਐਕਚੁਲੀ ਜਿਹੜੇ ਟਰੱਕਾਂ ਦੇ ਟਰੱਕ ਭਰ ਭਰ ਕੇ ਯਾਤਰਾਵਾਂ 'ਤੇ ਜਾਣਾ ਉਹ ਯਾਤਰਾ ਨਹੀਂ ਕਹਿ ਸਕਦੇ ਅਸੀਂ, ਤੀਰਥ ਸਾਡੇ ਤੀਰਥ ਇਹ ਨੇ, ਸਾਡੇ 20ਵੀਂ ਸਦੀ ਦੇ ਸਾਡੇ 21ਵੀਂ ਸਦੀ ਦੇ ਇਹ ਤੀਰਥ ਨੇ ਜਿਹੜੇ ਅੱਜ ਵੀ ਉਸ ਆਪਣੇ ਪਿਓ ਦੇ ਨਕਸ਼ੇ ਕਦਮਾਂ 'ਤੇ ਚੱਲ ਰਹੇ ਨੇ ਜਿਹੜੇ ਪਿਓ ਨੇ ਆਪਣੇ ਪੁੱਤਾਂ ਨੂੰ ਵਾਰ ਕੇ ਅਤੇ ਜੈਕਾਰੇ ਲਗਾਏ ਸੀ। ਅੱਜ ਪ੍ਰਚਾਰਕਾਂ ਨੇ ਇੱਕ ਹੀ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਜੀ, ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਬੱਚੇ ਬਾਰੇ ਇਹ ਹੋ ਗਿਆ, ਅੱਜ ਫਲਾਣ ਹੋ ਰਿਹਾ, ਟਮਕਾਣ ਹੋ ਰਿਹਾ, ਅੱਜ ਅਸੀਂ ਕਿੱਧਰ ਜਾ ਰਹੇ। ਪਰ ਪਤਾ ਕਿਉਂ ਇਹ ਸਭ ਪ੍ਰਚਾਰ ਹੋ ਰਿਹਾ? ਕਿਉਂਕਿ ਅਸੀਂ ਖੁਦ ਉਸ ਸਭ ਦੇ ਸਮਕਾਲੀ ਹਾਂ। ਕਿੰਨੀਆਂ ਕੁ ਸਟੇਜਾਂ ਉੱਪਰੋਂ ਕਦੀ ਪ੍ਰਚਾਰਕਾਂ ਨੇ ਇਹ ਕਿਹਾ ਕਿ ਨੌਜਵਾਨੋ ਬੱਚਿਓ, ਪਤੀਤ ਹੋਣ ਤੋਂ ਪਹਿਲੇ ਦੇਖੋ ਉਸ ਬਾਪੂ ਵੱਲ, ਉਹਨਾਂ ਬਾਪੂਆਂ ਵੱਲ, ਬੇਸ਼ੱਕ ਉਹ ਭਾਈ ਸਤਵੰਤ ਸਿੰਘ ਦੇ ਪਿਤਾ ਬਾਪੂ ਤਰਲੋਕ ਸਿੰਘ ਹੋਣ ਜਿਨ੍ਹਾਂ ਨੇ ਉਹਨਾਂ ਨੂੰ ਫਾਂਸੀ ਦੇ ਤਖ਼ਤੇ ਵੱਲ ਜਾਂਦਿਆਂ ਜੈਕਾਰੇ ਗਜਾਏ, ਜਾਂ ਅੱਜ ਬਾਪੂ ਮਹਿੰਗਾ ਸਿੰਘ ਨੂੰ ਦੇਖੋ ਜਿਹੜੇ ਅੱਜ ਵੀ ਇੰਨੀ ਚੜ੍ਹਦੀ ਕਲਾ 'ਚ। ਬੇਸ਼ੱਕ ਅਸੀਂ ਵਾਰ ਵਾਰ ਜਜ਼ਬਾਤੀ ਹੋ ਰਹੇ, ਵਾਰ ਵਾਰ ਜਦੋਂ ਅਸੀਂ ਜ਼ਿਕਰ ਕਰਦੇ ਹਾਂ ਅਤੇ ਜਦੋਂ ਉਹ ਗੱਲਾਂ ਅਸੀਂ ਆਪਣੇ ਤੌਰ 'ਤੇ ਦੇਖਦੇ ਹਾਂ ਅਤੇ ਅਸੀਂ ਜਜ਼ਬਾਤੀ ਹੋ ਜਾਂਦੇ, ਪਰ ਉਹ ਕਿੰਨੀ ਚੜ੍ਹਦੀ ਕਲਾ ਦੇ ਵਿੱਚ ਨੇ। ਅੱਜ ਵੀ ਦੇਖੋ ਉਹਨਾਂ ਨੂੰ ਆਪਣੇ ਬੱਚੇ ਦੀ ਕੁਰਬਾਨੀ ਉੱਪਰ ਬੜਾ ਮਾਣ ਹੈ। ਔਰ ਇੱਕ ਗੱਲ ਮੈਂ ਹੋਰ ਐਡ ਕਰਾਂ, ਅਸੀਂ ਅਕਸਰ ਹੀ ਜਦੋਂ ਕਿਸੇ ਦੇ ਨਾਲ ਮੁਲਾਕਾਤ ਕਰਦੇ ਕਿਸੇ ਸ਼ਹੀਦ ਫੈਮਿਲੀ ਨਾਲ, ਉਹਨਾਂ ਦੇ ਆਪਣੇ ਰੋਣੇ ਧੋਣੇ ਜੇ ਹੁੰਦੇ ਜੀ, ਦੇਖੋ ਸਾਨੂੰ ਆਹ ਹੋ ਗਿਆ, ਜੇ ਹੋ ਗਿਆ। ਮੈਂ ਹੁਣ ਵੀ ਦੇਖ ਰਹੀ ਸੀ ਕਿ ਫਿਜ਼ੀਕਲੀ ਤੌਰ 'ਤੇ ਵੀ ਬਾਪੂ ਜੀ ਦਾ, ਤੁਸੀਂ ਦੇਖੋ ਧਿਆਨ ਨਾਲ, ਅਤੇ ਬਾਪੂ ਜੀ ਦਾ ਜਿਹੜਾ ਖੱਬਾ ਪੈਰ ਹੈ ਉਹ ਪਹਿਲਾਂ ਤੋਂ ਹੀ ਫ੍ਰੈਕਚਰ ਹੈ। ਬਾਪੂ ਜੀ ਦੇ ਕੋਲੋਂ ਉਹ ਪੈਰ ਨੂੰ ਇੰਨੀ ਜ਼ਿਆਦਾ ਪ੍ਰੋਬਲਮ, ਦੂਸਰੇ ਪਾਸੇ ਬਾਪੂ ਜੀ ਦੀ ਸੱਜੀ ਲੱਤ ਵੀ ਜਿਹੜੀ ਉਹ ਕੱਟਣ ਦੇ ਕਰਕੇ, ਤੁਸੀਂ ਖੁਦ ਸੋਚੋ ਕਿ ਬੰਦਾ ਕਿੰਨਾ ਇੱਕ ਕਿਸੇ ਦੇ ਉੱਪਰ ਡਿਪੈਂਡ ਹੋ ਜਾਂਦਾ ਹੈ। ਅਤੇ ਉਹਨਾਂ ਨੇ ਕੋਈ ਸਾਡੇ ਨਾਲ ਗਿਲਾ ਸ਼ਿਕਵਾ ਨਹੀਂ ਕੀਤਾ ਵੀ ਸਾਨੂੰ ਆਹ ਹੋ ਗਿਆ, ਜੇ ਹੋ ਗਿਆ, ਜਾਂ ਉਹ ਇੰਨੇ ਖੁਸ਼ ਨੇ ਅੱਜ ਵੀ ਆਪਣੇ ਬੱਚੇ ਦੀ ਕੁਰਬਾਨੀ ਦੇ ਉੱਪਰ ਬਹੁਤ ਮਾਣ ਮਹਿਸੂਸ ਕਰਦੇ ਨੇ। ਔਰ ਸਭ ਤੋਂ ਵੱਡੀ ਗੱਲ ਹੈ ਕਿ ਉਹਨਾਂ ਦਾ ਸਾਰਿਆਂ ਦਾ ਹੀ ਉਹ ਧੰਨਵਾਦ ਕਰਦੇ ਨੇ ਕਿ ਸਾਨੂੰ ਸਾਰਿਆਂ ਨੇ ਬਹੁਤ ਸਹਿਯੋਗ ਦਿੱਤਾ ਹੈ। ਬਾਪੂ ਜੀ ਹੋਰ ਤੁਸੀਂ ਕੁਛ ਕਹਿਣਾ ਚਾਹੋ, ਜੋ ਸੰਗਤ ਨੂੰ ਕੋਈ ਐਸਾ ਸੰਦੇਸ਼ ਦੇਣਾ ਚਾਹੋ, ਦੇਸ਼ਾਂ ਵਿਦੇਸ਼ਾਂ 'ਚ ਤੁਹਾਨੂੰ ਲੋਕ ਸੁਣ ਰਹੇ ਨੇ। ਕੋਈ ਸੰਦੇਸ਼ ਨਹੀਂ, ਅਸੀਂ ਰਾਜ਼ੀ ਖੁਸ਼ੀ ਆਪਦੇ ਜੀਵਨ ਬਤੀਤ ਕਰ ਰਹੇ ਹਾਂ, ਸਾਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ, ਬਹੁਤ ਕੁਛ ਪਰਮਾਤਮਾ ਨੇ ਦਿੱਤਾ ਹੋਇਆ। ਵੈਰੀ ਸਾਧ ਸੰਗਤ ਜੀ, ਦੇਖੋ ਇਹ ਚੜ੍ਹਦੀ ਕਲਾ ਦਾ ਇਸ ਤੋਂ ਵੱਡਾ ਸਬੂਤ ਕੀ ਹੋ ਸਕਦਾ ਹੈ?
ਕਿ ਉਹ ਆਪਣੇ ਬੱਚੇ ਦੀ ਕੁਰਬਾਨ ਹੋਣ ਦੇ ਉੱਪਰ ਮਾਣ ਮਹਿਸੂਸ ਕਰਦੇ ਨੇ ਅਤੇ ਉਹਨਾਂ ਨੂੰ ਕਿਸੇ ਚੀਜ਼ ਦਾ ਕੋਈ ਵੀ ਨਾ ਅਤੇ ਕਿਸੇ ਨਾਲ ਕੋਈ ਗਿਲਾ ਸ਼ਿਕਵਾ ਅਤੇ ਨਾ ਕੋਈ ਉਹਨਾਂ ਦੀ ਮੰਗ ਏ। ਸਭ ਤੋਂ ਵੱਡੀ ਚੀਜ਼ ਇਹ ਦੇਖੋ, ਇੱਕ ਮੈਂ ਉਹਨਾਂ ਨਾਲ ਗੱਲ ਕਰਦਿਆਂ ਕਹਿ ਰਹੀ ਸੀ ਕਿ ਬਾਪੂ ਜੀ ਤੁਹਾਡਾ ਨਾਮ ਵੀ ਮਹਿੰਗਾ ਸਿੰਘ ਏ ਔਰ ਵਾਕਿਆ ਹੀ ਤੁਸੀਂ ਅੱਜ ਕੱਲ੍ਹ ਦੇ ਜ਼ਮਾਨੇ 'ਚ ਤੁਸੀਂ ਵਾਕਿਆ ਹੀ ਬੜੇ ਮਹਿੰਗੇ ਜੇ ਬਾਪੂ, ਕਿਉਂਕਿ ਇਹੋ ਜਿਹੇ ਬਾਪੂਆਂ ਦੀ ਸਾਨੂੰ ਬੜੀ ਲੋੜ ਏ। ਅੱਜ ਸਾਨੂੰ ਬੇਸ਼ੱਕ ਹਥਿਆਰਾਂ ਦੀ ਲੋੜ ਨਹੀਂ ਰਹੀ, ਪਰ ਸਾਨੂੰ ਉਹਨਾਂ ਵਿਚਾਰਾਂ ਦੀ ਲੋੜ ਏ ਜਿਹੜੇ ਇਸ ਮੌਜੂਦਾ ਦੌਰ ਦੇ ਵਿੱਚੋਂ ਸਾਨੂੰ ਕੱਢ ਕੇ ਸਾਡੀ ਕੌਮ ਨੂੰ ਕਿਸੇ ਸਹੀ ਰਸਤੇ ਦੇ ਉੱਪਰ ਚਲਾ ਸਕਣ। ਹੁਣ ਮੈਂ ਸਿੱਖ ਚੈਨਲ ਵੱਲੋਂ ਵੀਰ ਜੀ ਵੀਰ ਅਮਰਜੀਤ ਸਿੰਘ ਜੀ ਅਤੇ ਵੀਰ ਜੀ ਜੀਵਨ ਸਿੰਘ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ। ਬਾਕੀ ਬਾਪੂ ਜੀ ਇੱਕ ਵਾਰੀ ਫਿਰ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।